इंडिया गेट बाईपास स्थित न्यू हमीदपुरा कलोनी विखे प्लॉट विचों गली वल गेट कढ़न नूं लैके दो धिरां विचकार तकरार हुई, जिस दौरान जम के इट्टां रोड़े चले। इस दौरान एक धिर दे घर दे बाहर लगे सीसीटीवी कैमरे तक टुट गए। तो इस मामले नाल संबंध रखने वाले सतविंदर सिंह छेहरटा ने इस बारे सारी गल दसी। उधर पुलिस ने मामला दर्ज कर कार्रवाई शुरू कर दी है। ਅਸੀਂ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਆ ਅਤੇ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਪੱਥਰ ਲਾਏ, ਜਿਹਦੇ ਨਾਲ ਮਤਲਬ ਕਿ ਸਾਡੇ ਜਿਹੜੇ ਗਲੀ ਵਾਲੇ ਜਿਹੜੇ ਉਹ ਵੀ ਭੜਕੇ। ਫਿਰ ਇਹਨਾਂ ਨੇ ਜਾਤੀ ਜਿਹੜੇ ਸੂਚਕ ਸ਼ਬਦ ਬੋਲੇ ਆ, ਜਿੱਥੇ ਕੁੱਤੇ ਚੂੜੇ ਆ, ਜੇ ਕੋਈ ਸਾਡਾ ਬੱਚਾ ਲੰਘਦਾ ਉੱਥੇ ਵੀ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਦੇ ਆ। ਔਰ ਬਕਾਇਦਾ ਗੇਟ ਜਿੱਥੇ ਸਾਡਾ ਦਰਵਾਜ਼ਾ ਲੱਗਾ ਆ ਉੱਥੇ ਇਹਨਾਂ ਨੇ ਇੱਕ ਭੰਗੂੜਾ ਲਾਇਆ ਆ ਕੀਤਾ ਆ। ਅਤੇ ਅਸੀਂ ਜਿਹੜੀ ਐਸ ਐਚ ਓ ਸਾਹਿਬ ਹੋਰ ਅੱਜ ਵੀ ਗਏ, ਇਨਸਾਫ਼ ਦੀ ਮੰਗ ਕੀਤੀ ਆ ਵੀ ਸਾਨੂੰ ਜਿਹੜਾ ਇਨਸਾਫ਼ ਮਿਲਣਾ ਚਾਹੀਦਾ ਆ। ਜਿਹੜਾ ਸਾਡਾ ਗੇਟ ਉੱਥੇ ਜਿਹੜਾ ਛੋਟਾ ਦਰਵਾਜ਼ਾ ਲੱਗਾ ਉੱਥੇ ਹੀ ਆਪਣਾ ਗੇਟ ਲਾਉਣਾ ਚਾਹੁੰਦੇ ਹਾਂ, ਜੋ ਕਿ ਕਾਨੂੰਨੀ ਤੌਰ 'ਤੇ ਸਾਡੇ ਕੋਲ ਅਧਿਕਾਰ ਹੈਗਾ ਆ ਵੀ ਜਿਹੜਾ ਅਸੀਂ ਆਪਣਾ ਗੇਟ ਲਾ ਸਕਦੇ। ਨਿਊ ਹਮੀਦਪੁਰਾ ਕਲੋਨੀ 'ਚ ਝਗੜਾ ਹੋਇਆ ਸੀ, ਉੱਥੇ ਥੋੜ੍ਹਾ ਜਿਹਾ ਖੱਲਰ ਪੈ ਗਿਆ ਸੀ, ਉਹਨਾਂ ਦੀ ਆਪਸੀ ਰੰਜਿਸ਼, ਕੰਧੀ ਰੰਜਿਸ਼ ਸੀ, ਉਹਦੇ 'ਚ ਥੋੜ੍ਹਾ ਜਿਹਾ ਆਪਸੀ ਥੋੜ੍ਹਾ ਜਿਹਾ ਇੱਟ ਪਥਰਾਵ ਹੋਇਆ ਸੀ, ਪਰ ਇਹ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਕੋਈ ਇਹੋ ਜਿਹੀ ਕਾਰਵਾਈ ਮਤਲਬ ਕਿ ਆਪਾਂ ਨੂੰ ਕੋਈ ਸੰਜੀਦਗੀ ਨਾਲ ਕੋਈ ਕਰਨ ਦੀ ਇੱਦਾਂ ਦਾ ਕੋਈ ਮੁਸ਼ਕਲ ਆਵੇ ਕੋਈ ਗੱਲ ਨਹੀਂ, ਪਰ ਵੈਸੇ ਇਹਨਾਂ ਦਾ ਕੰਮ ਬਿਠਾ ਕੇ ਨਾ ਪਾਰਟੀਆਂ ਨੂੰ ਇਹਨਾਂ ਦਾ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਅੱਗੇ ਜੋ ਵੀ ਹੋਏਗਾ ਬਣਦੀ ਕਾਰਵਾਈ ਕੀਤੀ ਜਾਵੇਗੀ।